ਗੁਰਮਤਿ ਨੂੰ ਪ੍ਰਾਇਓਰਟੀ ਦੇਣੀ ਚਾਹੀਦੀ। ਮਾਂ ਪਿਓ ਨੇ ਤਾਂ ਸਿਰ ਪਾਲਿਆ ਤੁਹਾਨੂੰ, ਅਸਲੀ ਤਾਂ ਤੁਹਾਡਾ ਗੁਰੂ ਜਿਹੜਾ ਪਾਲਣ ਪੋਸਣ ਵਾਲਾ ਗੁਰੂ ਆ। ਗੁਰਮਤਿ ਦਾ ਜਿਹੜਾ ਸਭ ਤੋਂ ਪ੍ਰਾਇਓਰਟੀ ਆ, ਮਾਂ ਪਿਓ ਉਹ ਚੰਗਾ ਆ ਜਿਹੜਾ ਗੁਰਮਤਿ ਨਾਲ ਆਪਣੇ ਬੱਚਿਆਂ ਨੂੰ ਜੋੜੇ। ਮਾਂ ਵੀ ਉਹ ਆ, ਮੇਰੀ ਮਾਂ ਵੀ ਛੋਟੀ ਹੁੰਦੀ ਆ ਮੈਨੂੰ ਧਰੂਪ ਪਰ ਲਾਦ ਦੀ ਛੋਟੀ ਸਾਹਿਬਾਂ ਦੀ ਕਹਾਣੀ ਸੁਣਾਉਂਦੀ ਹੁੰਦੀ, ਮੈਨੂੰ ਤਾਂ ਜੋਸ਼ ਆਉਂਦਾ ਹੁੰਦਾ ਸੀ, ਮੈਂ ਵੀ ਤਾਂ ਕਰੂੰ। ਉਹ ਮਾਂ ਪਿਓ ਸਭ ਤੋਂ ਅੱਛਾ ਜਿਹੜਾ ਗੁਰਮਤਿ ਨਾਲ ਜੋੜ ਆਏ, ਫਿਰ ਗੁਰਮਤਿ ਦੀਆਂ ਗੱਲਾਂ ਸੁਣਾਏ। ਅਤੇ ਆਦਮੀ ਨੂੰ ਕਿਉਂ ਕਹਿੰਦੇ ਹਨ ਜੇ ਮਾਂ ਪਿਓ ਕਹਿ ਕੇ ਤੂੰ ਮੇਰੇ ਨਾਲ ਲੱਗ ਗੁਰਮਤਿ ਨਾਲ ਲੱਗ, ਤਾਂ ਫਿਰ ਤਾਂ ਉਹਨਾਂ ਨੂੰ ਤਾਂ ਗੁਰਮਤਿ ਪਿਆਰੀ ਆ ਕਿ ਜਾਂ ਮਾਂ ਪਿਓ ਪਿਆਰ, ਮਾਂ ਪਿਓ ਨੇ ਤਾਂ ਨਾਲ ਜਾਣਾ ਨਹੀਂ, ਜਾਣਾ ਤੁਹਾਡੇ ਗੁਰਮਤਿ ਨੇ ਜਾਣਾ। ਗੁਰੂ ਨੇ ਖੁਸ਼ ਹੋਣਾ ਗੁਰਮਤਿ ਦੇ ਵਿੱਚ ਆਪਣਾ ਜੀਵਨ ਢਾਲੋਗੇ। ਮਾਂ ਪਿਓ ਦੀ ਸੇਵਾ ਕਰੋ, ਸਤਿਕਾਰ ਕਰੋ, ਪਰ ਅੰਦਰੋਂ ਤੁਸੀਂ ਮਾਂ ਪਿਓ ਨਾਲ ਜੁੜੋਗੇ ਤਾਂ ਉਹ ਮੋਹ ਆ। ਮਹਾਰਾਜ ਕਹਿੰਦੇ ਦੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਕ ਦਾਗਾ ਦਾ। ਇਸ ਕਰਕੇ ਮਾਂ ਪਿਓ ਜਿਹੜਾ ਗੁਰਮਤਿ ਆ ਉਹਨੂੰ, ਮਾਂ ਪਿਓ ਨੂੰ ਸਤਿਕਾਰ ਕਰੋ, ਨਮਸਕਾਰ ਕਰੋ। ਪਰ ਜਿਹੜਾ ਮਾਂ ਪਿਓ ਕਿਉਂ ਕਹਿੰਦੇ ਗੁਰਮਤਿ ਨਾਲ ਜੁੜਿਆ ਹੋਇਆ ਉੱਚੀ ਅਵਸਥਾ ਹੈ, ਉਹਦਾ ਤੁਸੀਂ ਮੱਥਾ ਵੀ ਟੇਕੋ, ਹੋਰ ਵੀ ਕਿਉਂ ਕਹਿੰਦੇ ਨੇ ਉਹਦੀ ਬਚਨ ਮੰਨੋ ਵੀ ਉਹ ਦੱਸੇਗਾ ਤੁਹਾਨੂੰ ਗੁਰਮਤਿ ਦੀ ਗੱਲਾਂ ਦੂਸਰੀਆਂ। ਉਹ ਤਾਂ ਉਸੇ ਵੇਲੇ ਤਾਂ ਉਹਦਾ ਸਤਿਕਾਰ ਉਸ ਤਰ੍ਹਾਂ ਹੀ ਕਰੋ ਜਿਹਦਾ ਗੁਰਮਤਿ ਕਿਉਂ ਜਿਹੜੀ ਗੁਰਮਤਿ ਦੀ ਗੱਲਾਂ ਦੱਸਦਾ ਆ, ਉਹਦਾ ਫਿਰ ਉਹਦਾ ਤੈਂ ਸਾਹਿਬ ਕੀ ਬਾਤ ਜਾ ਕੇ ਕਹੋ ਨਾਨਕ ਦੀਜੇ ਸੀਸ ਵੱਡੇ ਘਰ ਬੈਸਨ ਦੀਜੇ ਬਿਨਸਤ ਸੀ ਪੀਜੇ। ਕਹਿੰਦਾ ਪਾਵੇ ਦੋਹੇ ਗੱਲਾਂ ਨੇ, ਜੇ ਤਾਂ ਮਾਂ ਪਿਓ ਦੁਨੀਆਦਾਰੀ ਗੱਲਾਂ ਚੱਪ ਨੂੰ ਫਸਾਉਣਾ ਚਾਹੁੰਦਾ ਤਾਂ ਗੁਰਮਤਿ ਉਹਦਾ ਮਨ ਉਦੋਂ ਉਹਨੂੰ ਗੁਰਮਤਿ ਪ੍ਰੈਫਰੈਂਸ ਨਹੀਂ ਹੈ, ਗੁਰਮਤਿ ਸਭ ਤੋਂ ਉੱਚੀ ਹੈ। ਆਦਮੀ ਜੁੜਨਾ ਹੀ ਗੁਰਮਤਿ ਨਾਲ ਚਾਹੀਦਾ। ਜੇ ਮਾਂ ਪਿਓ ਗੁਰਮਤਿ ਨਾਲ ਜੋੜੇ ਤਾਂ ਮਾਂ ਪਿਓ ਦੀ ਤਾਂ ਇੱਜ਼ਤ ਕਰੇ, ਜੇ ਮਾਂ ਪਿਓ ਗੁਰਮਤਿ ਨਾਲ ਤੋੜਦਾ ਹੈ ਤਾਂ ਉਹ ਕਹਿੰਦਾ ਦੁਨੀਆ ਨਾਲ ਜੋੜਦਾ ਹੈ ਵੀ ਤੂੰ ਇਹ ਕਰ ਇਹ ਕਰ ਇਹ ਕਰ, ਫਿਰ ਉਸ ਨੂੰ ਗੁਰਮਤਿ ਨਾਲ ਜੁੜਨਾ ਚਾਹੀਦਾ। ਉੱਤੋਂ ਮਾਂ ਪਿਓ ਨੂੰ ਸਤਿ ਸ਼੍ਰੀ ਅਕਾਲ ਕਰਦੇ, ਸਭ ਕੁਛ ਕਰਦੇ, ਪਰ ਅੰਦਰੋਂ ਗੁਰਮਤਿ ਨਾਲ ਜੁੜੇ। ਦੂਸਰੇ ਇਹ ਹੈ ਕਿ ਮਾਂ ਪਿਓ ਅਗਰ ਤੁਹਾਨੂੰ ਗੁਰਮਤਿ ਤੋਂ ਤੋੜਦਾ ਆ ਤਾਂ ਉਸ ਵੇਲੇ ਉਹ ਮਾਂ ਪਿਓ ਨਹੀਂ ਹੈ ਤੁਹਾਡਾ, ਕਿਉਂਕਿ ਗੁਰੂ ਨੂੰ ਅਗਰ ਤੋੜਦਾ ਆ, ਗੁਰੂ ਤੋਂ ਰਹਿਦਾ ਕਰਦਾ ਆ, ਉਹ ਕਰ ਤਾਂ ਕਦਾ ਮਾਂ ਪਿਓ ਫਿਰ ਹੋਇਆ? ਮਾਂ ਪਿਓ ਤਾਂ ਉਹ ਆ ਜਿਹੜਾ ਬੱਚੇ ਨੂੰ ਗੁਰੂ ਨਾਲ ਜੋੜੇ, ਉਹ ਮਾਂ ਪਿਓ। ਮੇਰਾ ਬੱਚਾ ਚੰਗਾ ਹੋਇਆ ਗੁਰੂ ਨਾਲ ਜੁੜੇ ਫਿਰ ਤਾਂ ਉਹਨਾਂ ਦੀ ਕਿਰਤ ਕਰੇ। ਇਹ ਬਹੁਤ ਵੱਡੀ ਸਾਖੀ ਆਉਂਦੀ ਆ ਕਿ ਬੰਦਾ ਸਿੰਘ ਬਹਾਦਰ ਨੂੰ ਜਦੋਂ ਬੰਨ ਕੇ ਲਿਆਏ ਗਏ ਅਤੇ ਨਾਲ ਇੱਕ ਬੱਚਾ ਛੋਟਾ ਜਿਹਾ ਆ ਗਿਆ ਉਹਦੇ ਨਾਲ, ਜੋਸ਼ 'ਚ ਆ ਕੇ ਵੀ ਨਾਲ ਤੁਰ ਪਿਆ ਵੀ ਮੈਂ ਵੀ ਸ਼ਹੀਦ ਹੋਵਾਂ ਹਾਂ ਇਹਦੇ ਨਾਲ। ਅਤੇ ਜਦੋਂ ਉਹਦੀ ਮਾਂ ਆਈ ਅਤੇ ਮਾਂ ਕਿਹਨੂੰ ਕਹਿੰਦੇ ਕਹਿਣ ਲੱਗ ਗਈ ਤੂੰ ਬੇਟਾ ਨਿਕਲਿਆ ਕਰ, ਤੂੰ ਮਰ ਜਾ ਫਿਰ ਮੇਰੇ ਕੋਲ। ਉਸਨੇ ਜਾ ਕੇ ਉਹਨੂੰ ਕਿਹਾ ਬਾਦਸ਼ਾਹ ਨੂੰ ਵੀ ਇਹ ਮੇਰਾ ਬੱਚਾ ਸਿੱਖ ਨਹੀਂ ਹੈ, ਇਹਨੂੰ ਰਿਹਾਅ ਕੀਤਾ ਜਾਏ। ਉਹ ਤੋਂ ਆਰਡਰ ਕਰਤੇ ਉਹਨਾਂ ਨੂੰ ਵੀ ਬੱਚੇ ਨੂੰ ਸਿੱਖ ਨਹੀਂ ਹੈ, ਰਿਹਾਅ ਕੀਤਾ ਜਾਏ। ਅਤੇ ਮਾਂ ਵਿਚਾਰੇ ਬੱਚੇ ਕੋਲ ਆਈ ਲੈ ਕੇ ਵੀ ਤੂੰ, ਉਹਨਾਂ ਨੇ ਕਿਹਾ ਵੀ ਹਾਂ ਤੈਨੂੰ ਕਰ ਦੇ। ਬੱਚੇ ਨੇ ਕਿਹਾ ਇਹ ਮੇਰੀ ਮਾਂ ਹੀ ਹੈ ਨਹੀਂ, ਮੈਂ ਤਾਂ ਸਿੱਖ ਹਾਂ, ਮੈਂ ਸ਼ਹੀਦ ਹੋਵਾਂਗਾ। ਤਾਂ ਐਸਾ ਹੈ ਕਿ ਤੁਹਾਡਾ ਕਾਜ ਜਿਹੜਾ ਆ ਗੁਰੂ ਪਹਿਲੇ ਆ, ਦੂਸਰੀ ਚੀਜ਼ਾਂ ਬਾਅਦ 'ਚ ਨੇ। ਗੁਰਮਤਿ ਪਹਿਲੇ ਆ, ਪਰਮਾਤਮਾ ਦਾ ਨਾਲ ਜੁੜਨਾ ਪਹਿਲੇ ਆ, ਬਾਕੀ ਚੀਜ਼ਾਂ ਬਾਅਦ 'ਚ ਨੇ। ਉਹ ਮਾਂ ਪਿਓ ਤਾਨਿਆ ਜਿਹੜਾ ਆਪਣੇ ਬੱਚਿਆਂ ਨੂੰ ਗੁਰੂ ਪਰਮਾਤਮਾ ਨਾਲ ਜੋੜਦਾ, ਗੁਰੂ ਨਾਲ ਜੋੜਦਾ, ਵਾਹਿਗੁਰੂ ਨਾਲ ਜੋੜਦਾ, ਉਹਦੇ ਤਾਂ ਬਹੁਤ ਸੇਵਾ ਕਰੋ ਤਨ ਮਨ। ਜਿਹੜਾ ਗੁਰੂ ਤੋਂ ਮਾਂ ਪਿਓ ਤੋੜਦਾ ਹੈ ਬੱਚੇ ਨੂੰ, ਦੁਨੀਆ ਵੱਲ ਲਾਉਂਦਾ ਵੀ ਪੈਸੇ ਕਮਾ ਇਹ ਕਰ ਇਹ ਕਰ, ਇਹੋ ਜਿਹੀ ਸ਼ਕੀਨੀ ਕਰ ਦੂਜੀ ਕਰ,
ਉਹ ਮਾਂ ਪਿਓ ਬਹੁਤ ਨੁਕਸਾਨ ਕਰਦਾ ਆਪਣੇ ਬੱਚੇ ਦਾ, ਅਧਿਆਸ ਨੂੰ ਨੁਕਸਾਨ ਕਰਦਾ। ਉਸ ਵੇਲੇ ਬੱਚੇ ਨੂੰ ਆਪਣਾ ਚੰਗਾ ਹੈ ਤਾਂ ਬੱਚੇ ਨੂੰ ਸਟੈਂਡ ਲੈਣਾ ਚਾਹੀਦਾ, ਬੱਚਾ ਉੱਧਰਲੇ ਪਾਸੇ ਜਾਏ ਜਿੱਧਰ ਪਾਸੇ ਉਹਨੂੰ ਗੁਰਮਤ ਹੋਵੇ, ਜਿਹੜੀ ਕਿ ਉਹਦੇ ਨਾਲ ਜਾਣੇ ਆ, ਜਿਹਦੇ ਨਾਲ ਉਹਦਾ ਜੀਵਨ ਬਣਿਆ ਕਿ ਪਈ ਪ੍ਰਾਪਤ ਮਨੁੱਖ ਦੌਰੀਆ ਗੋਬਿੰਦ ਮੈਨੂੰ ਕਿਹਾ ਤੇ ਵਧੀਆ ਇਹ ਹੈ ਤਰੀਕਾ।